ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਠੀਕ ਹੋ? ਖੈਰ ਕਰੀਏ? ਅਤੇ ਅੱਜ ਦੀ ਵੀਡੀਓ ਸਾਡੀ ਜਿਹੜੀ ਹੈ ਨਾ, ਉਹ ਹੈ ਚੈਲੰਜ ਵੀਡੀਓ। ਚੈਲੰਜ ਵੀਡੀਓ ਇਹ ਕਿ ਇਹ ਫਾਂਟਾ ਦੀ ਬੋਤਲ ਹੈ, ਬੜੀ ਠੰਡੀ ਠਾਰ ਬੋਤਲ ਹੈ, ਇਹ ਤੁਹਾਨੂੰ ਕੈਮਰੇ 'ਚ ਨਜ਼ਰ ਆ ਰਹੀ ਹੋ ਸੀ ਨਾ। ਇਹ ਇਹਨਾਂ ਦੋਨਾਂ ਦਾ ਮੁਕਾਬਲਾ, ਇਹਨਾਂ 'ਚ ਇੱਕ ਬੰਦੇ ਨੇ ਕਿਹਾ ਜੀ, ਇਹਨਾਂ ਦੋਨਾਂ 'ਚੋਂ ਇੱਕ ਬੰਦੇ ਨੇ ਇਹ ਬੋਤਲ ਜਿਹੜੀ ਹੈ ਨਾ, ਇੱਕ ਮਿੰਟ ਦੇ ਅੰਦਰ ਪੀਣੀ ਹੈ। ਜਿਹੜਾ ਬੰਦਾ ਇੱਕ ਮਿੰਟ ਦੇ ਅੰਦਰ ਇਹ ਚੈਲੰਜ ਬੋਤਲ ਪੀ ਗਿਆ ਫਾਂਟਾ ਦੀ ਨਾ, ਉਸ ਬੰਦੇ ਨੂੰ ਬਾਈਜਾਨ ਬਤੌਰੇ 1000 ਰੁਪਇਆ ਇਨਾਮ ਦਿੱਤਾ ਜਾਏਗਾ। ਇਹ 1000 ਰੁਪਏ ਦੇਖ ਲਓ, ਕੋਈ ਝੂਠ ਨਹੀਂ, ਕੋਈ ਫਰਾਡ ਨਹੀਂ। ਠੀਕ ਹੈ ਬਾਈਜਾਨ? ਠੀਕ ਹੈ। 1000 ਰੁਪਏ ਨਜ਼ਰ ਆ ਰਹੇ? ਹਾਂ ਜੀ, ਆ ਰਹੇ। ਅਗਰ ਇਹਨਾਂ 'ਚੋਂ ਜਿਹੜਾ ਬੰਦਾ ਵੀ ਇੱਕ ਮਿੰਟ ਦੇ ਅੰਦਰ ਬੋਤਲ ਨਾ ਪੀ ਸਕਿਆ, 1000 ਰੁਪਇਆ ਇੰਨਾ ਮਤਲਬ ਰਿਟਰਨ ਦੇਣਾ, ਵਾਪਸ ਕਰਨਾ। ਯਾਨੀ ਕਿ ਅਗਰ ਪੀ ਲਿਆ ਤਾਂ ਮੇਰੇ ਕੋਲ 1000 ਲੈਣਗੇ, ਅਗਰ ਇਹ ਬੰਦੇ ਨਾ ਪੀ ਸਕੇ ਤਾਂ 1000 ਰੁਪਇਆ ਮੈਨੂੰ ਦੇਣਗੇ ਜੀ। ਠੀਕ ਹੈ ਬਾਈ ਜਾਨ? ਇਸੇ ਤਰ੍ਹਾਂ ਨਾ, ਇਸੇ ਤਰ੍ਹਾਂ ਬੋਤਲ ਖੋਲਾਂਗੇ, ਟਾਈਮਰ ਚੱਲੇਗਾ, ਇਹ ਆ ਦੇਖ ਟਾਈਮਰ ਚੱਲੇਗਾ, 1 ਮਿੰਟ ਦੇ ਅੰਦਰ ਇਹ ਤੁਸੀਂ 1 ਲੀਟਰ ਦੀ ਫਾਂਟਾ ਦੀ ਬੋਤਲ ਜਿਹੜੀ ਹੈ ਨਾ, ਉਹ ਇਹ ਪੀਣੀ। ਅਗਰ ਪੀ ਗਏ 1000 ਰੁਪਇਆ ਇਨਾਮ ਅਤੇ ਬੋਤਲ ਵੀ ਤੁਹਾਨੂੰ ਪੱਕੀ, ਅਗਰ ਨਾ ਪੀ ਸਕੇ ਤਾਂ ਬਾਈ ਜੀ 1000 ਰੁਪਏ ਤੁਸੀਂ ਦੇਣਾ। ਅੱਛਾ, ਤੁਹਾਡੇ ਦੋਨੋਂ 'ਚ ਬੋਤਲ ਕਿਹੜਾ ਪੀ ਸੀ? ਜਲਦੀ ਕਰੋ, ਤੂੰ ਵੀ ਸੇ ਹੱਥ ਖੜਾ ਕਰ। ਚਲੋ ਜੀ, ਸ਼ੁਏਬ ਜਿਹੜਾ ਨਾ ਇਹ ਬੋਤਲ ਪੀਸੀ ਬਾਈ, ਇਹ ਸ਼ੁਏਬ ਦੀ ਮੌਕੀ ਸਾਜਿਦ ਕਹਿੰਦਾ ਜੀ ਮੈਂ ਨਹੀਂ ਪੀ ਸਕਦਾ, ਸ਼ੁਏਬ ਪੀਸੀ। 1 ਮਿੰਟ ਦੇ ਅੰਦਰ ਜਨਾਬ ਜੀ ਬੋਤਲ ਪੀਣੀ ਹੈ, ਅਗਰ ਨਾ ਪੀ ਸਕੇ ਆ ਪੀ ਲਿਆ ਤਾਂ 1000, ਇਸ ਤਾਂ ਨਾ ਪੀ ਸਕੇ ਤਾਂ ਇਹਦੇ ਕੋਲ 1000 ਮੈਂ ਲੈਣਾ। ਠੀਕ ਹੈ ਬਾਈ? ਸਹੀ ਹੈ। ਹਾਂਜੀ, ਟਾਈਮਰ ਜਨਾਬ ਜੀ ਨੂੰ ਓਕੇ ਕਰਨੇ ਆ, ਅਤੇ ਉਸ ਤੋਂ ਬਾਅਦ ਜਨਾਬ ਜੀ ਬੋਤਲ ਦਾ ਢੱਕਣ ਖੋਲ੍ਹਣੇ ਆ। ਸਾਜਿਦ, ਤੂੰ ਬੋਤਲ ਦਾ ਢੱਕਣ ਖੋਲ੍ਹਣਾ ਬਾਈ। ਠੀਕ ਹੈ ਨਾ, ਅਤੇ ਮੈਂ ਤੂੰ ਫਿਰ ਨਾ ਟਾਈਮਰ ਦਿਖਾ ਕੇ ਇੱਕ ਮਿੰਟ ਖੋਲ੍ਹ ਕੇ ਨਾ ਕਿਸੇ ਨਾ ਦਿਨ ਸ਼ੁਰੂ 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 1 ਮਿੰਟ ਦੇ ਅੰਦਰ ਸਾਰੀ ਬੋਤਲ ਪੀਣੀ ਹੈ ਨਾ, ਉਸ ਤੋਂ ਬਾਅਦ 1000 ਰੁਪਏ ਤੁਹਾਡਾ। ਓਕੇ ਹੋ ਜਾਈ ਇੱਧਰ 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 ਦੇਖੋ ਜੀ, ਇਹ ਬੋਤਲ ਨਹੀਂ ਸ਼ੁਏਬ ਪੀ ਸਕਿਆ, 1000 ਰੁਪਏ ਮਤਲਬ ਮੈਨੂੰ ਦੇ ਦਿੱਤੇ ਬਤੌਰੇ ਇਨਾਮ ਕਿ ਬਈ ਮੇਰੇ ਕੋਲ ਬੋਤਲ ਨਹੀਂ ਪੀਤੀ ਜਾਂਦੀ। ਇਹ ਸਾਡੀ ਇਸੇ ਤਰ੍ਹਾਂ ਹੀ ਸਾਡੀ ਇਹ ਸ਼ਰਤ ਹਾਰ ਗਏ, ਇਸ 1000 ਰੁਪਇਆ ਯਾਨੀ ਕਿ ਉਹ ਚੈਲੰਜ ਨਹੀਂ ਕਰ ਸਕਿਆ, ਇਹ ਸਾਨੂੰ ਯਾਨੀ ਕਿ ਵਾਪਸ ਕਰ ਦਿੱਤਾ ਜੀ। ਤੁਸੀਂ ਕਮੈਂਟ ਦੱਸਣਾ ਦੋਸਤੋ ਕਿ ਇਹ ਕਿਆ ਠੀਕ ਹੋਇਆ ਜਾਂ ਗਲਤ ਹੋਇਆ ਜੀ। ਬਹੁਤ ਸ਼ੁਕਰੀਆ, ਤੁਸੀਂ ਸਾਡਾ ਚੈਨਲ ਯੂਟਿਊਬ ਦੇਖ ਰਹੇ ਹੋ, ਫੌਜੀ 676। ਬਹੁਤ ਸ਼ੁਕਰੀਆ ਤਮਾਮ ਦੋਸਤਾਂ ਦਾ, ਬਹੁਤ ਸ਼ੁਕਰੀਆ।